ਸੰਗਰੂਰ ਦੇ ਲੱਡਾ ਕੋਠੀ ਵਿੱਚ 217 ਜੇਲ੍ਹ ਵਾਰਡਨਾਂ ਦਾ ਬੈਚ ਪੂਰਾ ਹੋਣ 'ਤੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਇਹ ਬੈਚ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰੇਗਾ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਪਡੇਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦੇ ਪੰਜਾਬ ਪੁਲਿਸ ਨੂੰ ਆਧੁਨਿਕ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਗੂਗਲ ਨਾਲ ਵੀ ਪੰਜਾਬ ਸਰਕਾਰ ਰਾਬਤਾ ਕਾਇਮ ਕਰ ਰਹੀ ਹੈ, ਤਾਂ ਜੋ ਕਿ ਪੰਜਾਬ ਪੁਲਿਸ ਦੀਆਂ ਗੱਡੀਆਂ ਗੂਗਲ ਨਾਲ ਅਪਡੇਟ ਕਰਕੇ ਆਧੁਨਿਕ ਕੀਤੀਆਂ ਜਾ ਸਕਣ ਅਤੇ ਜੇਕਰ ਕੋਈ ਕਾਲ ਵੀ ਪੰਜਾਬ ਪੁਲਿਸ ਨੂੰ ਕਰਦਾ ਹੈ ਤਾਂ ਸਭ ਤੋਂ ਨੇੜਲੀ ਗੱਡੀ ਨੂੰ ਉਹ ਕਾਲ ਜਾ ਸਕੇ। ਬਹੁਤ ਬਹੁਤ ਸ਼ੁਕਰੀਆ ਪੰਜਾਬ ਪੁਲਿਸ ਦਾ, ਜੇਲ੍ਹ ਵਿਭਾਗ ਦਾ, ਲੱਡਾ ਕੋਠੀ ਦੇ ਸਾਰੇ ਸਟਾਫ ਦਾ, DGP ਸਾਹਿਬ, ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਵੱਖ ਵੱਖ ਵਿਭਾਗਾਂ ਦੇ ਮੁਖੀ ਇੱਥੇ ਅੱਜ ਮੈਨੂੰ ਬੁਲਾ ਕੇ ਤੁਸੀਂ ਮਾਣ ਸਤਿਕਾਰ ਦਿੱਤਾ, ਮੈਂ ਬਹੁਤ ਬਹੁਤ ਧੰਨਵਾਦ ਕਰਦਾ। 217 ਵਾਰਡਰਾਂ ਵੱਲੋਂ ਮੁੱਢਲੀ ਸਿਖਲਾਈ ਪੂਰੀ ਕਰਕੇ ਪਾਸਿੰਗ ਆਊਟ ਪਰੇਡ ਦੇ ਵਿੱਚ ਹਿੱਸਾ ਲਿਆ, ਬੜੇ ਮਾਣ ਵਾਲੀ ਗੱਲ ਹੈ। ਅੱਜ ਬਹੁਤ ਸਾਰੇ ਜਵਾਨਾਂ ਦੇ ਮਾਪੇ, ਉਹਨਾਂ ਦੇ ਪਰਿਵਾਰ ਦੇ ਮੈਂਬਰ, ਉਹਨਾਂ ਦੇ ਬੱਚੇ, ਅੱਜ ਉਹਨਾਂ ਨੂੰ ਇਸ ਦਿਨ 'ਤੇ ਪਰਫੋਰਮ ਕਰਦੇ ਦੇਖ ਕੇ ਔਰ ਇੱਕ ਸੁਰਤਾ ਆਪਸ ਦੇ ਵਿੱਚ ਇੱਕ ਸਾਰ ਚੱਲਣ ਦੀ, ਪਰੇਡ ਦਾ ਮਤਲਬ ਹੈ ਇੱਕ ਸਾਰ ਚੱਲਣਾ, ਉਹ ਅੱਜ ਪਰੇਡ ਦੇਖ ਕੇ ਉਹਨਾਂ ਦੇ ਮਾਪਿਆਂ ਨੂੰ, ਉਹਨਾਂ ਦੇ ਘਰਦਿਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਖੁਸ਼ੀ ਹੋਈ ਹੋਣੀ। ਔਰ ਸਾਡੇ ਲਈ ਮਾਣ ਦੀ ਗੱਲ ਇਹ ਹੈ, ਖੁਸ਼ੀ ਦੀ ਗੱਲ ਇਹ ਹੈ ਕਿ ਉਹੀ ਜਵਾਨ ਨੇ ਜਿਹੜੇ ਦਿਨ ਰਾਤ ਸਾਡੇ ਸੁਰੱਖਿਆ ਦੇ ਲਈ ਤਿਆਰ ਰਹਿੰਦੇ ਨੇ, ਜਿਹੜੇ ਮਰਜ਼ੀ ਡਿਪਾਰਟਮੈਂਟ ਦੇ ਵਿੱਚ ਇਹਨਾਂ ਦੀ ਡਿਊਟੀ ਲੱਗ ਜੇ, ਇਹ ਅੱਧੇ ਪੌਣੇ ਘੰਟੇ ਦੇ ਵਿੱਚ ਆਪਣਾ ਚਾਰਜ ਸੰਭਾਲ ਲੈਂਦੇ ਨੇ। ਜਿਸ ਵੇਲੇ ਅਸੀਂ ਆਪਣੇ ਪਰਿਵਾਰਾਂ ਨਾਲ ਗਰਮੀਆਂ ਦੇ ਵਿੱਚ AC ਲਾ ਕੇ ਸੁੱਤੇ ਪਏ ਹੁੰਦੇ ਹਾਂ ਰਾਤ ਨੂੰ, ਤਾਂ ਉਸ ਵੇਲੇ ਇਹ ਜਵਾਨ ਸੜਕਾਂ 'ਤੇ ਡਿਊਟੀ ਕਰ ਰਹੇ ਹੁੰਦੇ ਨੇ ਤਾਂ ਕਿ ਸਾਡੀ ਨੀਂਦ ਨੂੰ ਕੋਈ ਡਿਸਟਰਬ ਨਾ ਕਰੇ। ਜਿਸ ਵੇਲੇ ਅਸੀਂ ਸਰਦੀਆਂ 'ਚ ਹੀਟਰ ਲਾ ਕੇ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਘਰਾਂ 'ਚ ਸੁੱਤੇ ਪਏ ਹੁੰਦੇ ਹਾਂ, ਉਸ ਵੇਲੇ ਇਹ ਕੜਾਕੇ ਦੀ ਠੰਡ ਦੇ ਵਿੱਚ, ਧੁੰਦ ਦੇ ਵਿੱਚ, ਥਾਣਿਆਂ 'ਚ, ਨਾਕਿਆਂ 'ਤੇ, ਸੜਕਾਂ 'ਤੇ, ਮੋੜਾਂ 'ਤੇ ਡਿਊਟੀਆਂ ਕਰ ਰਹੇ ਹੁੰਦੇ ਨੇ, ਛਾਪੇ ਮਾਰ ਰਹੇ ਹੁੰਦੇ ਨੇ, ਅਪਰਾਧੀਆਂ ਦਾ ਪਿੱਛਾ ਕਰ ਰਹੇ ਹੁੰਦੇ ਨੇ ਤਾਂ ਕਿ ਸਾਡੀ ਨੀਂਦ ਡਿਸਟਰਬ ਨਾ ਹੋਵੇ। ਸੋ ਇਹ ਬਹੁਤ ਮਾਣ ਵਾਲੀ ਗੱਲ ਹੈ, ਇਸ ਡਿਊਟੀ ਦੀ ਕਿਸੇ ਕਰੰਸੀ 'ਚ ਕੋਈ ਕੀਮਤ ਨਹੀਂ ਮਾਪੀ ਜਾ ਸਕਦੀ ਕਿ ਇਹਨਾਂ ਨੂੰ ਕਿੰਨੇ ਪੈਸੇ ਦੇਈਏ ਇਸ ਡਿਊਟੀ ਨੂੰ ਕਰਨ ਦੇ, ਕਿਉਂਕਿ ਬਹੁਤ ਸਾਰੇ ਜਵਾਨ ਜਿਹੜੇ ਨੇ ਸਾਡੇ ਡਿਊਟੀ ਦੌਰਾਨ ਸ਼ਹੀਦ ਵੀ ਹੋ ਜਾਂਦੇ ਆ, ਕੋਈ ਕੀਮਤ ਨਹੀਂ ਮਾਪੀ ਜਾ ਸਕਦੀ ਇਸ ਗੱਲ ਦੀ। ਸੋ ਮੈਂ DGP ਸਾਹਿਬ ਨੂੰ ਇਸ ਗੱਲ ਲਈ ਵਧਾਈ ਦੇਵਾਂਗਾ ਔਰ ਅਰੁਣ ਪਾਲ ਜੀ ਜਿਹੜੇ ਜੇਲ੍ਹਾਂ ਦਾ ਕੰਮ ਦੇਖਦੇ ਨੇ ਉਹਨਾਂ ਨੂੰ ਵਧਾਈ ਦੇਵਾਂਗਾ, ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦੇਵਾਂਗਾ ਕਿ ਡਿਸਿਪਲਿਨ ਦੇ ਵਿੱਚ ਜਦੋਂ ਫੌਜਾਂ ਹੋਣ, ਜਦੋਂ ਸੁਰੱਖਿਆ ਬਲ ਡਿਸਿਪਲਿਨ ਦੇ ਵਿੱਚ ਹੋਣ ਤਾਂ ਦੁਨੀਆਂ ਦੇ ਵਿੱਚ ਕੋਈ ਵੀ ਮੰਜ਼ਿਲ ਇਹੋ ਜਿਹੀ ਨਹੀਂ ਹੈਗੀ ਜਿਹੜੀ ਸਰ ਨਾ ਕੀਤੀ ਜਾ ਸਕੇ। ਅਸੀਂ ਬਹੁਤ ਸਾਰੇ ਪੁਲਿਸ ਦੇ ਵਿੱਚ ਸੁਧਾਰ ਸ਼ੁਰੂ ਕੀਤੇ ਨੇ। ਮੈਂ ਜਦੋਂ ਮੈਂਬਰ ਪਾਰਲੀਮੈਂਟ ਸੀ
संगरूर तो ही। मैं उदो तो मेरा एक असूल रहा है, क्योंकि प्रोटोकॉल ड्यूटी लगती है, छोटे तो छोटा कोई सिपाही तो बड़े तो बड़ा कोई अफसर जिदी रस्ते च ड्यूटी लगती है प्रोटोकॉल सुरक्षा च, वो सलूट मारद। मैं एक भी सलूट अनटेंडर नहीं छड़दा, मैं सलूट का जवाब हरेक का दिना। एक दिन की होया, मैंबर पार्लीमेंट सी मैं, मुक्सर माघी का मेला सी, माघी के मेले चो रैली करके निकले तो मैं फोन ते लग्या होया सी, तो मैनू मेरे मुंडा जो गड्डी चलाउंदा सी उन्हें कहा, कहिंदा जी पिछे एक ट्रैफिक पुलिस वाला मुंडा खड़ा सी चौंक ते, उन्हें सलूट मारिया सी, तुसी उदों फोन ते सी। मैं गड्डी यू मरवा के वापस गया, उतर के आप उहदे कोल जाके उहनूं सलूट करके आया कि मैं इधर उधर मेरा ध्यान सी, क्योंकि सलूट का मतलब है, जे सलूट का जवाब नहीं देंदे ये बिल्कुल उदां दा ही लगता जिवें आपां किसे नूं हाथ मिलाउण वास्ते हाथ कढ़ीए ते अगों अगला कढ़े ना। सो उस तों बाद मैं मन च सोचा जे किते सत्ता च आए एक आह काम शुरू करना है कि जिन्नी भी नफरी है 80,000 दे नेड़े तेरे नफरी है हरेक दे असी डेट ऑफ बर्थ लैने, बड़ा शानदार एक जन्म दिन वाले दिन डिपार्टमेंट वालों डीजीपी द्वारा साइन किया है, मेरे द्वारा साइन किया है एक जन्मदिन की मुबारक का कार्ड हर एक को जी, बहुत सारे को आया भी होना थोड़े को, बच्चों ये प्राउड हो जाता है, बच्चे जाके अगले दिन स्कूल च दिखाते हैं मेरे पापा नु कार्ड आया, मेरे पापा बहुत अच्छा काम कर रहे हैं डिपार्टमेंट च, नहीं तो चोरियों जन्मदिन मनाने पैंदे सी, छुट्टी नहीं मिलती सी, किसी ने बटाना पैंदा सी, मैं तेरे आले बारी ड्यूटी कर दूं तू मेरे आले बारी कर दी, चोरी की पुलिस थोड़ी है यार, साडे पुत भतीजे हो साडे चाचे ताए हो, ड्यूटी ड्यूटी ठीक है, अलग गल है कि ड्यूटी थोड़ी सख्त है, पर घट्टो घट परिवारक भी तो सोशल लाइफ भी तो रहनी चाहिए। सो असी हुणे हुणे नवीं गड्डियां बिल्कुल ब्रांड न्यू गड्डियां नवीं 92 ओ जिहड़ियां पंजाब पुलिस नूं दित्तियां, ते नाल मैं डीजीपी साहब नूं इह कहा कि आपां हुण इस वार गड्डियां नवीं जिहड़ियां ने उह वंडणियां थल्लों शुरू करांगे, चौंकी वाले नूं मिल जाए ना जे गड्डी नवीं, क्योंकि अपराधियां मंगर तां उहने भजना हुंदा है, हुंदा की है तहां तों गड्डियां शुरू हो जांदियां ने जदों तक चौंकियां तक पहुंचदियां ने ਉਹ ਤੱਕ ਤਾਂ ਮਤਲਬ ਉਹਨਾਂ ਦੀ ਹਾਲਤ ਪਾਣੀ ਹੋ ਜਾਂਦੀ। ਥੱਲੋਂ ਸ਼ੁਰੂ ਕਰਦੇ ਆ, ਨਵੀਆਂ ਗੱਡੀਆਂ ਥਾਣਿਆਂ ਨੂੰ ਮਿਲਣਗੀਆਂ, ਨਵੀਆਂ ਗੱਡੀਆਂ ਚੌਂਕੀਆਂ ਨੂੰ ਮਿਲਣਗੀਆਂ, ਨਵੀਆਂ ਗੱਡੀਆਂ ਬਿਲਕੁਲ ਅਪਡੇਟਡ, ਉਹਨਾਂ 'ਚ ਮੋਬਾਈਲ ਦਾ ਸੈਟੇਲਾਈਟ ਰਡਾਰ ਲੱਗਿਆ ਹੋਊਗਾ, ਅੱਜ ਕੱਲ ਬਹੁਤ ਸਾਰਾ ਸਾਈਬਰ ਕ੍ਰਾਈਮ ਵੱਧ ਗਿਆ, ਸੋ ਅਸੀਂ ਵੀ ਅਪਡੇਟ ਰਹਿਣਾ, ਗੂਗਲ ਨਾਲ ਗੱਲ ਚੱਲ ਰਹੀ ਹੈ। ਮੈਂ ਜਦੋਂ ਗਿਆ ਸੀਗਾ ਬੈਂਗਲੌਰ ਤਾਂ ਗੂਗਲ ਦੇ ਜਿਹੜੇ ਇੰਡੀਆ ਦੇ ਹੈੱਡ ਸੀਗੇ ਉਹਨਾਂ ਦੇ ਅਧਿਕਾਰੀ ਜਿਹੜੇ ਆਏ ਸੀਗੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਡੇਟ ਕਰ ਦਾਂਗੇ ਔਰ ਇਸ ਤਰ੍ਹਾਂ ਦੀ ਟੈਕਨੋਲੋਜੀ ਲਾਵਾਂਗੇ ਕਿ ਜੇ ਕੋਈ ਫੋਨ ਕਰੂਗਾ ਐਮਰਜੈਂਸੀ ਤੇ ਜਿਹੜੀ ਉਹਦੇ ਸਭ ਤੋਂ ਨੇੜੇ ਵਾਲੀ ਗੱਡੀ ਹੈ ਜਾਂ ਮੋਟਰਸਾਈਕਲ ਹੈ ਉਹਦੇ 'ਚ ਫੋਨ ਵੱਜੂਗਾ ਉਹ ਤਾਂ ਕਿ ਉਹ ਛੇਤੀ ਪਹੁੰਚ ਸਕੇ ਉੱਥੇ। ਹਥਿਆਰਾਂ ਦਾ ਕਿਉਂਕਿ ਬਾਰਡਰ ਸਟੇਟ ਹੈ ਰੋਜ਼ ਲੜਨਾ ਪੈਂਦਾ ਰੋਜ਼ ਕੋਈ ਨਾ ਕੋਈ ਡਰੋਨ ਆਉਂਦਾ ਐਂਟੀ ਡਰੋਨ ਸਿਸਟਮ ਵਾਸਤੇ ਅਸੀਂ ਬਹੁਤ ਸਾਰੀ ਟੈਕਨੋਲੋਜੀ ਜਿਹੜੀ ਲੈ ਕੇ ਆ ਰਹੇ ਹਾਂ ਕਿਉਂਕਿ ਜੇਲ੍ਹ ਭਾਗ ਦੇ ਬਹੁਤ ਸਾਰੇ ਜਵਾਨ ਇੱਥੇ ਖੜੇ ਨੇ ਬੜਾ ਔਖਾ ਹੋ ਜਾਂਦਾ ਅਸੀਂ ਕੀ ਕਰ ਰਹੇ ਹਾਂ ਅਪਡੇਟ ਕਰ ਰਹੇ ਹਾਂ ਜੇਲ੍ਹਾਂ ਦੇ ਵਿੱਚੋਂ ਕਿਹੜਾ ਕ੍ਰਾਈਮ ਹੁੰਦਾ ਹੈ ਉਹਨੂੰ ਰੋਕੀਏ। ਇੱਕ ਹੋਰ ਜਿਹੜੀ ਮੁਸ਼ਕਲ ਆਉਂਦੀ ਹੈ ਉਹ ਹੈਗੀ ਪੰਜਾਬ ਪੁਲਿਸ ਨਾਲ
ਤੇ ਜੇਲ੍ਹ ਦੇ ਕੈਦੀਆਂ ਨਾਲ ਰਿਲੇਟਡ ਮੈਂ ਦੋ ਤਿੰਨ ਜੇਲ੍ਹਾਂ ਦਾ ਦੌਰਾ ਕੀਤਾ ਕਈ ਕੈਦੀ ਇਹੋ ਜਿਹੇ ਮਿਲੇ ਕਿ ਉਹਨਾਂ ਦੀ ਪੇਸ਼ੀ ਜਿਹੜੀ ਹੈ ਉਹ ਪੇਸ਼ੀ ਤੇ ਨਹੀਂ ਪਹੁੰਚ ਸਕੇ ਉਹਨਾਂ ਦੀ ਜ਼ਮਾਨਤ ਹੋ ਸਕਦੀ ਸੀ ਜਾਂ ਉਹ ਰਿਹਾਈ ਹੋ ਸਕਦੀ ਸੀ ਕਾਰਨ ਕੀ ਰਿਹਾ ਕਿ ਪੰਜਾਬ ਪੁਲਿਸ ਕੋਲ ਉਨੀ ਨਫ਼ਰੀ ਨਹੀਂ ਸੀ ਕਿ ਉਹਨਾਂ ਨੂੰ ਅਦਾਲਤ ਤੱਕ ਲੈ ਜਾਂਦੇ ਤਾਂ ਫਿਰ ਅਸੀਂ ਕਿਤੇ ਕਿਹਾ ਕਿ ਇਹਦੇ ਨਾਲ ਤਾਂ ਇਨਸਾਫ਼ ਨਹੀਂ ਹੋ ਰਿਹਾ ਇਹ ਤਾਂ ਗੱਲ ਦਾ ਵੀ ਪੇਸ਼ੀ ਤੇ ਤਾਂ ਟਾਈਮ 'ਤੇ ਪਹੁੰਚੇ ਅੱਗੇ ਅਦਾਲਤ ਹੈ ਮਾਣਯੋਗ ਉਹ ਚਾਹੇ ਉਹਨਾਂ ਨੂੰ ਦੁਬਾਰਾ ਭੇਜੇ ਉੱਥੇ ਚਾਹੇ ਬਰੀ ਕਰੇ ਜਵਾਨ ਦੇਵੇ ਸੋ ਅਸੀਂ 100 ਕਰੋੜ ਰੁਪਈਆ ਕੇਂਦਰ ਸਰਕਾਰ ਗ੍ਰਹਿ ਮੰਤਰਾਲੇ ਤੋਂ ਅਸੀਂ ਮਨਜ਼ੂਰ ਕਰਾ ਲਿਆ ਲੁਧਿਆਣੇ ਦੇ ਨੇੜੇ ਗੋਰਸੀਆਂ ਕਦਰ ਬਖਸ਼ ਪਿੰਡ ਹੈ 50 ਏਕੜ ਜ਼ਮੀਨ ਅਸੀਂ ਪੰਚਾਇਤ ਤੋਂ ਲੀਜ਼ ਤੇ ਲਈ ਹੈ ਇੱਕ ਹਾਈ ਸਿਕਿਉਰਿਟੀ ਡਿਜੀਟਲ ਜੇਲ੍ਹ ਬਣਾਵਾਂਗੇ ਉਹਦੇ ਵਿੱਚ ਗਰਾਊਂਡ ਫਲੋਰ ਤੇ ਕੋਰਟ ਹੋਊਗੀ ਜੱਜਾਂ ਦੇ ਬੈਠਣ ਲਈ ਜਗ੍ਹਾ ਹੋਊਗੀ ਜੱਜਾਂ ਦੇ ਕੈਬਨ ਹੋਣਗੇ ਉਹਨਾਂ ਦੇ ਬੈਠਣ ਲਈ ਔਰ ਉਹਨਾਂ ਦੇ ਕਮਰਾ ਹੋਊਗਾ ਉੱਥੇ ਉੱਪਰ ਸਾਰਾ ਕੈਦੀਆਂ ਵਾਸਤੇ ਹੋਊਗਾ ਉੱਥੇ ਜਿਹੜੇ ਬਹੁਤ ਜ਼ਿਆਦਾ ਸਮਾਜ ਲਈ ਖਤਰਨਾਕ ਨੇ ਹਾਰਡ ਕੋਰ ਕਹਿੰਦੇ ਨੇ ਜਿਹਨਾਂ ਨੂੰ ਉਹਨਾਂ ਅਪਰਾਧੀਆਂ ਨੂੰ ਉੱਥੇ ਰੱਖਿਆ ਜਾਊਗਾ ਤਾਂ ਕਿ ਜੇਲ੍ਹ ਚੋਂ ਅਦਾਲਤ ਤੱਕ ਅਦਾਲਤ ਤੋਂ ਜੇਲ੍ਹ ਤੱਕ ਲੈ ਕੇ ਜਾਣ ਵੇਲੇ ਪੇਸ਼ੀ ਵੇਲੇ ਜੋ ਘਟਨਾਵਾਂ ਹੁੰਦੀਆਂ ਨੇ ਜਾਂ ਕੋਈ ਮੋਬਾਈਲ ਫੜਾ ਦਿੰਦਾ ਕੋਈ ਭੱਜ ਹੀ ਜਾਂਦਾ ਉਹ ਘਟਨਾਵਾਂ ਨਾ ਹੋ ਸਕਣ ਜੱਜ ਸਾਹਿਬ ਉੱਥੇ ਆਇਆ ਕਰਨਗੇ ਉੱਥੇ ਹੀ ਜਿਹੜੀ ਆ ਉਹਨੂੰ ਜਿਸ 14 ਦਿਨ ਦੀ ਵਧਾਉਣੀ ਹੈ 6 ਮਹੀਨੇ ਦੀ ਵਧਾਉਣੀ ਉਹਦੀ ਪੇਸ਼ੀ ਉੱਥੇ ਹੀ ਪੈ ਜਾ ਕਰੂਗੀ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਕਿਤੇ ਇਹ 100 ਕਰੋੜ ਰੁਪਇਆ ਅਸੀਂ ਮਨਜ਼ੂਰ ਕਰਾ ਲਿਆ ਲੁਧਿਆਣੇ ਦੇ ਨੇੜੇ ਬਣਾਵਾਂਗੇ ਤਾਂ ਕਿ ਸਾਰੇ ਪੰਜਾਬ 'ਚ ਜੱਜਸ ਨੂੰ ਵੀ ਆਉਣਾ ਜਾਣਾ 2 ਘੰਟੇ 2.5 ਘੰਟੇ ਦਾ ਰਸਤਾ ਰਹੇ ਸੋ ਇਹਦੇ ਵਾਸਤੇ ਅਸੀਂ ਸਾਰਾ ਪ੍ਰਬੰਧ ਕਰ ਲਿਆ ਔਰ ਮੋਹਾਲੀ ਦੇ ਸੈਕਟਰ 68 ਵਿਖੇ ਇੱਕ ਏਕੜ ਪਲਾਟ ਦੀ ਖਰੀਦ ਅਸੀਂ ਖਰੀਦ ਕਰ ਲਈ ਹੈ ਜ਼ਿਲ੍ਹਾ ਵਿਭਾਗ ਦਾ ਮੁੱਖ ਦਫ਼ਤਰ ਜਿਹੜਾ ਅਸੀਂ ਉੱਥੇ ਡਿਜੀਟਲ ਦਫ਼ਤਰ ਉੱਥੇ ਬਣਾਵਾਂਗੇ ਤੇ ਜਿਹੜੀ ਮੋਬਾਈਲ ਜੈਮਿੰਗ ਟੈਕਨੋਲੋਜੀ ਹੈ ਉਹਦੇ ਤੇ ਵੀ ਵਰਕ ਚੱਲ ਰਿਹਾ ਬੜੀ ਜਲਦੀ ਉਹ ਵੀ ਲਾਗੂ ਕਰ ਦਿਆਂਗੇ ਬਾਕੀ ਚੰਗੇ ਆਚਰਣ ਵਾਲੇ ਜਿਹੜੇ ਕੈਦੀ ਨੇ ਉਹਨਾਂ ਨੂੰ ਆਪਣੇ ਪਰਿਵਾਰ ਨੂੰ ਮਿਲਣ ਲਈ ਅਸੀਂ ਪਰਿਵਾਰਕ ਮੁਲਾਕਾਤਾਂ ਵੀ ਸ਼ੁਰੂ ਕੀਤੀਆਂ ਹੋਈਆਂ ਨੇ ਮੈਂ ਗਿਆ ਸੀ ਜੇਲ੍ਹਾਂ ਦੇ ਵਿੱਚ ਮੈਂ ਉੱਥੇ ਜਾ ਕੇ ਇਹੀ ਕਿਹਾ ਸੀਗਾ ਕਿ ਚਲੋ ਉਹ ਦਿਨ ਭੁੱਲ ਜਾਓ ਜਿਸ ਦਿਨ ਤੁਸੀਂ ਇਹ ਘਰ ਬੈਠੇ ਮਾੜਾ ਦਿਨ ਸੀ ਹੋ ਗਿਆ ਜਿਵੇਂ ਮਰਜ਼ੀ ਹੋ ਗਿਆ ਕੋਈ ਦਿਨ ਮਾੜਾ ਆ ਗਿਆ ਪਰ ਹੁਣ ਤੁਸੀਂ ਜਦੋਂ ਬਾਹਰ ਜਾਓਗੇ ਤੁਸੀਂ ਦੱਸਿਓ ਜਾ ਕੇ ਲੋਕਾਂ ਨੂੰ ਕਿ ਭਾਈ ਕਾਨੂੰਨ ਦੇ ਮੁਤਾਬਕ ਚੱਲਾਂਗੇ ਤਾਂ ਆਪਣੇ ਪਰਿਵਾਰ 'ਚ ਰਹਿ ਕੇ ਰੋਟੀ ਖਾ ਲਾਂਗੇ ਜੇ ਕਾਨੂੰਨ ਤੋੜਨ ਦੀ ਕੋਸ਼ਿਸ਼ ਕਰੋਗੇ ਜੇਲ੍ਹ 'ਚ ਭਾਵੇਂ ਜਿੰਨੀਆਂ ਮਰਜ਼ੀ ਸਹੂਲਤਾਂ ਦੇ ਦਈਏ ਪਰ ਜੇਲ੍ਹ ਜੇਲ੍ਹੇ ਹੁੰਦੀ ਹੈ ਸੋ ਇਸ ਕਰਕੇ ਜੋ ਆਪ ਕਹਿਣਗੇ ਤਾਂ ਲੋਕ ਥੋੜ੍ਹਾ ਜਿਹਾ ਜਿਹੜੇ ਅਪਰਾਧੀ ਬਿਰਤੀ ਦੇ ਨੇ ਉਹ ਇਸ ਗੱਲ ਤੋਂ ਪਿੱਛੇ ਹਟਣਗੇ ਕਿ ਨਹੀਂ ਯਾਰ ਕਿੰਨਾ ਚਿਰ ਬਚ ਲਾਂਗੇ 2 ਮਹੀਨੇ ਬਚ ਲਾਂਗੇ 3 ਮਹੀਨੇ ਬਚ ਲਾਂਗੇ ਇੱਕ ਦਿਨ ਤਾਂ ਫੜੇ ਜਾਣਾ ਤੇ ਨਾਲ ਨਾਲ ਉਹਨਾਂ ਨੂੰ ਟ੍ਰੇਨਿੰਗ ਉੱਥੇ ਵੀ ਦਿੰਦੇ ਹਾਂ ਅਸੀਂ ਕੰਪਿਊਟਰ ਜਿਵੇਂ ਥਾਪਰ ਇੰਜੀਨੀਅਰ ਕਾਲਜ ਨੇ ਨਾਭਾ ਜੇਲ੍ਹ ਦੇ ਵਿੱਚ ਕੰਪਿਊਟਰ ਦੀਆਂ ਕਲਾਸਾਂ ਚਲਾਈਆਂ ਹੋਈਆਂ ਨੇ ਆਪਣਾ ਕਪੂਰਥਲੇ ਵਾਲੀ ਜੇਲ੍ਹ ਦੇ ਵਿੱਚ ਰੇਡੀਓ ਚੱਲਦਾ ਜੇਲ੍ਹ ਦੇ ਵਿੱਚ ਹੀ ਉੱਥੇ ਉਹ ਬਹੁਤ ਸਾਰੀਆਂ ਚੀਜ਼ਾਂ ਬਣਾਉਂਦੇ ਨੇ ਕੰਮ ਸਿੱਖ ਰਹੇ ਨੇ ਤਾਂ ਕਿ ਜ਼ਿੰਦਗੀ ਦਾ ਉਹ ਟਾਈਮ ਚਾਹੇ ਸਾਲ ਚਾਹੇ 2 ਸਾਲ ਜਾਂ 3 ਸਾਲ ਕਿਤੇ 10-10 ਸਾਲ ਵੀ ਹੋ ਗਏ ਉਹ ਟਾਈਮ ਜਿਹੜਾ ਉਹਨਾਂ ਦਾ ਇਹ ਨਾ ਮੰਨਣ ਹੋ ਕੇ ਜ਼ਿੰਦਗੀ ਦਾ ਇਹ ਟਾਈਮ ਮੇਰਾ ਖਰਾਬ ਹੋ ਗਿਆ ਉਹ ਕੁਛ ਨਾ ਕੁਛ ਸਿੱਖ ਕੇ ਬਾਹਰ ਜਾਣ ਤਾਂ ਬਾਹਰ ਜਾ ਕੇ ਕਿਸੇ ਕਿੱਤੇ ਲੱਗ ਸਕਦੇ ਨੇ ਆਰੇ ਲੱਗ ਸਕਦੇ ਨੇ ਔਰ ਜਿਨ੍ਹਾਂ ਦਾ ਡਿਜ਼ਰਵ ਕਰਦੇ ਨੇ ਜਿਹੜੇ ਪੁਲਿਸ ਨੂੰ ਅਸੀਂ ਪੁੱਛਦੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੁੱਛਦੇ ਹਾਂ ਹਰ ਕੈਬਨਿਟ ਦੇ ਵਿੱਚ ਘੱਟੋ ਘੱਟ 4 ਤੋਂ 5 ਕੈਦੀ ਜਿਹੜੇ ਨੇ ਅਸੀਂ ਉਹਨਾਂ ਦੇ ਰਿਹਾ ਕਰਨ ਦੇ ਹੁਕਮ ਦੇ ਦਿੰਦੇ ਹਾਂ ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਫਿਰ ਵੀ ਬੈਠੇ ਨੇ ਜਾਂ ਥੋੜ੍ਹੀ ਬਹੁਤ ਰਹਿੰਦੀ ਹੈ ਪਰ ਚੰਗਾ ਆਚਰਣ ਹੈ ਛੱਡ ਸਕਦੇ ਹਾਂ ਉਹ ਅਸੀਂ ਹਰ ਕੈਬਨਿਟ ਦੇ ਵਿੱਚ ਕਰਦੇ ਹਾਂ ਕੱਲ੍ਹ ਨੂੰ ਵੀ ਮਾਨਸਾ ਦੇ ਵਿੱਚ ਕੈਬਨਿਟ ਹੈ ਕੱਲ੍ਹ ਨੂੰ ਵੀ 4 ਕੈਦੀਆਂ ਦਾ ਜਿਹੜਾ ਆਊਗਾ ਤਾਂ ਕੈਬਨਿਟ ਪਾਸ ਕਰੂਗੀ ਤੇ ਗਵਰਨਰ ਸਾਹਿਬ ਨੂੰ ਭੇਜੂਗੇ ਸੋ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਡਿਊਟੀ ਕਰਨ ਵੇਲੇ ਕੋਈ ਦਿੱਕਤ ਨਾ ਆਵੇ ਔਰ ਤੁਹਾਨੂੰ
ਪਰਿਵਾਰਾਂ ਚ ਆਪਣੇ ਪਰਿਵਾਰਾਂ ਚ ਵੀ ਖੁਸ਼ੀ ਗਮੀ ਦੇ ਮੌਕਿਆਂ ਚ ਸ਼ਾਮਿਲ ਹੋਣ ਦਾ ਵੀ ਮੌਕਾ ਮਿਲੇ। ਕੁਛ ਮੰਗਾਂ ਨੇ ਜਿਵੇਂ ਸਿੰਥੈਟਿਕ ਅਥਲੈਟਿਕ ਟਰੈਕ ਬਣਾਉਣਾ ਹੈ, 4.5 ਕਰੋੜ ਰੁਪਈਏ ਦੀ ਮੰਗ ਕੀਤੀ ਗਈ ਹੈ ਐਸੇ ਟਰੈਕ ਨੂੰ ਮੈਡਮ ਆਹੀ ਟਰੈਕ ਇਸੇ ਟਰੈਕ ਨੂੰ ਸਿੰਥੈਟਿਕ ਟਰੈਕ ਬਣਾਉਣਾ ਤਾਂ ਅਗਲੇ ਸਾਲ ਜਦੋਂ ਪਰੇਡ ਹੋਊਗੀ ਤੁਸੀਂ ਸਿੰਥੈਟਿਕ ਤੇ ਤੁਰ ਰਹੇ ਹੋਵੋਗੇ, ਸਿੰਥੈਟਿਕ ਟਰੈਕ ਬਣਾਵਾਂਗੇ। ਤੇ ਹੋਸਟਲ ਤੇ 500 ਜਿਹੜੇ ਟ੍ਰੇਨਿੰਗ ਨੇ ਉਹਨਾਂ ਲਈ ਰਹਿਸ਼ ਦਾ ਇੱਥੇ ਪ੍ਰਬੰਧ ਕਰਨਾ। ਹੋਸਟਲ ਤੇ ਜਿਹੜੇ ਅਪਾਰਟਮੈਂਟ ਨੇ ਉਹ ਥੋੜੇ ਪੁਰਾਣੇ ਹੋ ਚੁੱਕੇ ਨੇ, ਸੋ ਹੋਸਟਲ ਵਾਸਤੇ 3 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਮੈਂ ਤਾਂ ਕਹਿੰਦਾ ਘੱਟ ਕੀਤੀ ਹੈ ਤੁਸੀਂ, ਤੇ ਹੋਸਟਲ ਵਧੀਆ ਬਣਾਓ, ਖੁੱਲ੍ਹਾ ਕਮਰਾ ਹੋਣ, ਖੁੱਲ੍ਹਾ ਉੱਥੇ ਵਧੀਆ ਸ਼ਾਨਦਾਰ ਬਾਥਰੂਮ ਹੋਣ, ਸੋ ਹੋਸਟਲ ਵਾਸਤੇ 3 ਕਰੋੜ ਰੁਪਇਆ ਉਹ ਵੀ ਮਨਜ਼ੂਰ ਕੀਤਾ ਜਾਂਦਾ, ਵੱਧ ਹੋ ਗਿਆ ਬਜਟ ਤਾਂ ਵੀ ਮਨਜ਼ੂਰ ਕਰ ਲੈਂਦੇ ਕੋਈ ਗੱਲ। ਫਾਇਰਿੰਗ ਰੇਂਜ ਵਾਸਤੇ 25 ਲੱਖ ਰੁਪਇਆ ਉਹ ਵੀ ਬਿਲਕੁਲ ਜਾਇਜ਼ ਹੈ ਮੰਗ, ਫਾਇਰਿੰਗ ਰੇਂਜ ਦੇ ਵਿੱਚ ਪ੍ਰੈਕਟਿਸ ਹੁੰਦੀ ਹੈ ਔਰ ਅੱਜ ਕੱਲ੍ਹ ਅਪਰਾਧੀਆਂ ਕੋਲ ਬਹੁਤ ਲੇਟੈਸਟ ਹਥਿਆਰ ਟੈਕਨੋਲੋਜੀ ਆ ਗਈ ਤਾਂ ਸਾਡੇ ਕੋਲ ਵੀ ਟ੍ਰੇਨਿੰਗ ਉਹੀ ਚਾਹੀਦੀ ਹੈ। ਅਤੇ ਸਾਰੇ ਕੰਪਲੈਕਸ ਦੀਆਂ ਸੜਕਾਂ ਵਾਸਤੇ 25 ਲੱਖ ਰੁਪਈਆ, ਸੋ ਟੋਟਲ 8 ਕਰੋੜ ਹੋ ਗਿਆ, ਅੱਜ ਦੇ 8 ਕਰੋੜ ਰੁਪਈਆ ਬੜੀ ਜਲਦੀ ਪੰਜਾਬ ਪੁਲਿਸ ਦੇ ਖਾਤੇ 'ਚ ਆ ਜਾਊਗਾ ਅਤੇ ਤੁਹਾਨੂੰ ਉਸੇ ਡਿਪਾਰਟਮੈਂਟ ਦੇ ਮੁਤਾਬਕ ਤੁਸੀਂ ਆਪਣਾ ਕੰਮ ਸ਼ੁਰੂ ਕਰ ਲਿਓ। ਅਤੇ ਇਹ ਇਸ ਗੱਲ ਦੀ ਗਰੰਟੀ ਸਾਡੀ ਇਹ ਇਸ ਗੱਲੋਂ ਹੈ ਕਿ ਤੁਸੀਂ ਸਾਡੇ ਲਈ ਇੰਨੀਆਂ ਜਾਨਾਂ ਔਰ ਇੰਨੇ ਆਪਣੇ ਸੀਨੇ ਤਾਣ ਕੇ ਖੜੇ ਹੋ, ਜਦੋਂ ਵੀ ਕੋਈ ਦਿੱਕਤ ਆਉਂਦੀ ਹੈ ਦੇਸ਼ 'ਤੇ ਸੰਕਟ ਆਉਂਦਾ, ਚਾਹੇ ਇੰਟਰਨਲ ਹੋਵੇ ਚਾਹੇ ਕੋਈ ਇੱਥੇ ਹੋਰ ਕੋਈ ਦਿੱਕਤ ਹੋਵੇ, ਤੁਸੀਂ ਖੜਦੇ ਹੋ ਤਾਂ ਸਾਡਾ ਫਰਜ਼ ਬਣਦਾ ਕਿ ਤੁਹਾਨੂੰ ਦੁਨੀਆਂ ਦੀ ਜੇ ਵਧੀਆ ਪੁਲਿਸ ਬਣਾਉਣਾ ਤਾਂ ਦੁਨੀਆਂ ਦੇ ਸਭ ਤੋਂ ਵਧੀਆ ਟੈਕਨੋਲੋਜੀ ਅਤੇ ਦੁਨੀਆਂ ਦੇ ਸਭ ਤੋਂ ਵਧੀਆ ਸਹੂਲਤਾਂ ਵੀ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ, ਤਾਂਹੀਓ ਆਪਾਂ ਜਿਹੜਾ ਇਹ ਟਾਰਗੇਟ ਜਿਹੜਾ ਅਚੀਵ ਕਰਾਂਗੇ। ਜੇਲ੍ਹ ਡਿਪਾਰਟਮੈਂਟ ਦੀਆਂ ਕੁਛ ਮੰਗਾਂ ਨੇ, ਕਿਉਂਕਿ ਅੱਜ ਕੱਲ ਟੈਕਨੋਲੋਜੀ ਇੰਨੀ ਆ ਗਈ ਕਿ ਤੁਸੀਂ ਕਿਸੇ ਵੀ ਟੈਪ ਫੋਨ ਨੰਬਰ ਦਾ ਫੇਕ ਫੋਨ ਨੰਬਰ ਨੂੰ ਯੂਜ਼ ਕਰ ਸਕਦੇ ਹੋ, ਲੱਗਦਾ ਕੈਨੇਡਾ ਤੋਂ ਆਇਆ ਕਰ ਰਹੇ ਇੱਥੇ ਹੁੰਦੇ ਆ, ਸੋ ਟੈਕਨੋਲੋਜੀ ਹੈ। ਜੇਲ੍ਹ ਡਿਪਾਰਟਮੈਂਟ ਦੀਆਂ ਕੁਛ ਮੰਗਾਂ ਨੇ, ਦਸ ਕਰੋੜ ਰੁਪਈਆ ਤੁਸੀਂ ਹਾਂਜੀ ਜਿੱਥੇ ਕੈਦੀ ਜਿਹੜੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਉਹਨੂੰ ਮਸ਼ੀਨਾਂ ਲੈ ਕੇ ਦੇਣੀਆਂ ਅਤੇ ਉਹਨਾਂ ਨੂੰ ਕੰਮ ਰਾਅ ਮਟੀਰੀਅਲ ਵਗੈਰਾ, 10 ਕਰੋੜ ਰੁਪਈਆ। ਮੈਂ ਪਹਿਲਾਂ ਹੀ ਕਿਹਾ ਕਿ ਉਹਨਾਂ ਦਾ ਜੇਲ੍ਹ ਦਾ ਜਿਹੜਾ ਸਮਾਂ ਉਹ ਇਹ ਨਾ ਲੱਗੇ ਉਹਨਾਂ ਨੂੰ ਕਿ ਜ਼ਿੰਦਗੀ 'ਚ ਜਿਹੜਾ ਇੰਨੇ ਸਾਲ ਬੇਕਾਰ ਗਏ ਉੱਥੇ ਹੀ ਕੋਈ ਕੰਮ ਸਿੱਖ ਕੇ ਬਾਹਰ ਜਾ ਕੇ ਉਹੀ ਕੰਮ ਸ਼ੁਰੂ ਕਰ ਲੈਣ ਜਿਸ ਦਿਨ ਉਹਨਾਂ ਦੀ ਰਿਹਾਈ ਹੋ ਗਈ ਮਾਨਯੋਗ ਅਦਾਲਤਾਂ ਵੱਲੋਂ। 10 ਕਰੋੜ ਰੁਪਈਆ ਅਤੇ 351 ਨਵੀਆਂ ਪੋਸਟਾਂ ਅਤੇ 1 ਵਿਮਨ ਜੇਲ੍ਹ ਗਿਆ ਉਹਨਾਂ ਨੂੰ ਚੱਕਣ ਜਾਣਾ। ਕੋਈ ਨਹਿਰ ਦੇ ਵਿੱਚ ਕੋਈ ਲਾਸ਼ ਤੁਰੀ ਜਾਂਦੀ ਹੈ ਪੁਰਾਣੀ, ਕੋਈ ਨਹੀਂ ਕਿਤੋਂ ਨਹਿਰ ਆ ਰਹੀ ਹੈ ਅਤੇ ਲਾਸ਼ ਤਰੀ ਜਾਂਦੀ ਹੈ ਉਹ ਵੀ ਉਹਨਾਂ ਨੇ ਕੱਢਣੀ ਹੈ। ਬਹੁਤ ਜ਼ਿਆਦਾ ਬਰਡਨ ਹੈ, ਸੋ ਅਸੀਂ ਇਹਨੂੰ ਘਟਾਉਣ ਵਾਸਤੇ ਮੈਂ DGP ਸਾਹਿਬ ਨਾਲ ਸਲਾਹ ਕੀਤੀ ਹੈ, ਉੱਥੇ ਕੰਮ ਚੱਲ ਰਿਹਾ। ਅਸੀਂ ਇੱਕ ਸੜਕਾਂ 'ਤੇ ਜਿਹੜੇ ਐਕਸੀਡੈਂਟ ਹੁੰਦੇ ਨੇ, ਮੈਂ ਜਦੋਂ MP ਸੀ ਮੈਂ ਉਦੋਂ ਕਢਾ ਕੇ ਉੱਥੋਂ ਡਾਟਾ ਬੋਲਿਆ ਸੀ ਪਾਰਲੀਮੈਂਟ 'ਚ, ਪੰਜਾਬ ਦੇ ਵਿੱਚ ਪੂਰੇ ਦੇਸ਼ 'ਚੋਂ ਸਭ ਤੋਂ ਵੱਧ ਮੌਤਾਂ ਹੁੰਦੀਆਂ ਨੇ ਜੀ, 14 ਮੌਤਾਂ ਇੱਕ ਦਿਨ 'ਚ, 14 ਮੌਤਾਂ ਇੱਕ ਦਿਨ 'ਚ, ਜ਼ਖਮੀ ਤਾਂ ਸੈਂਕੜਿਆਂ 'ਚ ਹੋ ਜਾਂਦੇ ਨੇ, ਅਤੇ ਜੇ ਇਹਨੂੰ ਆਪਾਂ 14 ਨੂੰ ਇੱਕ ਸਾਲ ਤੱਕ ਲੈ ਜਾਈਏ 54-5500 ਬਣ ਜਾਂਦੇ ਆ ਜੀ, 5500 ਬੰਦੇ ਇੱਦਾਂ ਹੀ ਮਾਰੇ ਜਾਂਦੇ ਆ ਰੋਡ ਐਕਸੀਡੈਂਟ ਦੇ ਵਿੱਚ। ਆਪਾਂ ਕਿਸਮਤ ਕਹਿ ਦਿੰਦੇ ਕਿਸਮਤ ਇਹ ਸੀ, ਨਹੀਂ, ਜੇ ਆਪਾਂ ਸੜਕਾਂ ਦੇ ਜਿਹੜੇ
खतरनाक मोड़ ने जा पॉइंट ने वो ठीक कर लिए ते नाल एक पुलिस जिहड़ी है कल्ले सड़कां दे सुरक्षा वास्ते एक बने उहदा नाम भी असीं सड़क सुरक्षा फोर्स रखांगे सड़क सुरक्षा फोर्स बनावांगे एक नवीं और नवीं गड्डियां लैके देवांगे उहनां नूं उहनां दा काम सिर्फ सड़क ते कोई रैश ड्राइविंग कर रहा उहनूं चलान करना कोई ट्रक खड़ा है खराब होया उहनूं साइड ते करना उहनां नूं असीं बड़िया बड़िया क्रेना दे दांगे के भाई सड़क क्लीयर होनी चाहिए है उन्हां नूं उन्हां दीआं गड्डियां दा रंग अलग होगा अमरीका कनेडा दे विच जिवें ओह जांदे ने इक्को ही हुंदा ओह पुलिस वाला पर जिहड़े आले दुआले जिन्ने भी सड़क ते गड्डियां जा रही हुंदियां सारियां ध्यान नाल चलण लग जांदियां ने कि ओह जा रहा है सो इसे तरह असीं इत्थे SSF सड़क सुरक्षा फोर्स तैनात करांगे उहदे नाल थाणियां वाली जिहड़ी साडी फोर्स है उहदे तों बहुत ज्यादा बर्डन घट जाऊगा के ਉਹ ਉਹਨਾਂ ਲਈ ਉੱਥੇ ਥਾਣੇ 'ਚ ਵੀ ਡਿਊਟੀ ਕਰਨ ਦਾ ਸਮਾਂ ਵਧੂਗਾ ਤੇ ਘਰੇ ਪਰਿਵਾਰ 'ਚ ਵੀ ਵੱਧ ਸਮਾਂ ਮਿਲ ਜੂਗਾ ਸੋ ਮੈਂ ਅੱਜ ਦੇ ਇਸ ਦਿਵਸ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ DGP ਸਾਹਿਬ ਨੂੰ ਔਰ ਜੇਲ੍ਹਾਂ ਦੇ DGP ਅਨੁਪਾਲ ਜੀ ਨੂੰ ਔਰ ਸਾਰੇ ਸਾਡੇ ਆਮ ਆਦਮੀ ਪਾਰਟੀ ਤੋਂ ਵੀ ਬਹੁਤ ਸਾਰੇ ਧੂਰੀ ਹਲਕੇ ਦੇ ਵਲੰਟੀਅਰ ਅਹੁਦੇਦਾਰ ਸਾਹਿਬਾਨ ਪਹੁੰਚੇ ਨੇ ਕਿਉਂਕਿ ਇਸ ਹਲਕੇ ਤੋਂ ਹੀ ਮੈਂ MLA ਹਾਂ ਸੋ ਉਹਨਾਂ ਦੀ ਤਾਂ ਡਬਲ ਡਬਲ ਚਾਹ ਚੜ੍ਹ ਜਾਂਦਾ ਉਹਨਾਂ ਨੂੰ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਤੇ ਇਸੇ ਤਰ੍ਹਾਂ ਪੰਜਾਬ ਨੂੰ ਆਪਾਂ ਜਿਹੜਾ ਸ਼ਕਤੀਸ਼ਾਲੀ ਕਰਨਾ ਅਮਨ ਸ਼ਾਂਤੀ ਵਾਲਾ ਸੂਬਾ ਬਣਾਉਣਾ ਤੇ ਦੁਨੀਆਂ ਦੇ ਵਿੱਚ ਮਿਸਾਲਾਂ ਜਿਹੜੀਆਂ ਪੰਜਾਬ ਨੇ ਪਹਿਲਾਂ ਕਾਇਮ ਕੀਤੀਆਂ ਨੇ ਉਹੀ ਰੁਤਬਾ ਪੰਜਾਬ ਦਾ ਦੁਬਾਰੇ ਵਾਪਸ ਦਵਾਉਣਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੈ ਹਿੰਦ।